ਜ਼ੀਰਕਪੁਰ ਦੇ ਵਿੱਚ ਇੱਕ ਨਾਬਾਲਿਗ ਬੱਚੇ ਦੀ ਰੇਪ ਮਾਮਲੇ ਦੇ ਵਿੱਚ ਹੁਣ ਚਾਈਲਡ ਕਮਿਸ਼ਨ ਵੱਲੋਂ ਵੀ ਸਖ਼ਤੀ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇੱਕ ਸਕੂਲ ਦੇ ਹੀ ਬੱਸ ਡਰਾਈਵਰ ਵੱਲੋਂ ਰੇਪ ਕੀਤਾ ਗਿਆ ਸੀਗਾ, ਜਿਹਦੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਹਾਲਾਂਕਿ ਇਹਦੇ ਵਿੱਚ ਲਗਾਤਾਰ ਇਨਵੈਸਟੀਗੇਸ਼ਨ ਜਾਰੀ ਹੈ, ਲੇਕਿਨ ਚਾਈਲਡ ਕਮਿਸ਼ਨ ਵੱਲੋਂ ਵੀ ਇੱਕ ਰਿਪੋਰਟ ਮੰਗੀ ਗਈ ਹੈ ਪੁਲਿਸ ਤੋਂ ਵੀ ਅਤੇ ਜਿਹੜੇ ਸਕੂਲ ਪ੍ਰਸ਼ਾਸਨ ਹੈ, ਨਿੱਜੀ ਸਕੂਲ ਪ੍ਰਸ਼ਾਸਨ ਹੈ। ਚਾਈਲਡ ਕਮਿਸ਼ਨ ਦੀ ਚੇਅਰਪਰਸਨ ਸਾਡੇ ਨਾਲ ਨੇ ਮੈਡਮ, ਕਿਉਂਕਿ ਕਾਫੀ ਮਾਮਲਾ ਕਾਫੀ ਸੈਂਸਿਟਿਵ ਸੀਗਾ ਜਿਸ ਨੂੰ ਲੈ ਕੇ ਲਗਾਤਾਰ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਚਾਈਲਡ ਕਮਿਸ਼ਨ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਹੈਗੇ ਹੁਕਮ? ਦੇਖੋ ਜੀ, ਜਿਹੜਾ ਇਹ ਹੋਇਆ ਹਾਦਸਾ ਹੈ ਨਾ, ਇਹ ਮਤਲਬ ਆਪਣੇ ਆਪ 'ਚ ਇਹ ਲੱਗਦਾ ਹੈ ਕਿ ਬੱਚਾ ਕਿੱਥੇ ਸੇਫ ਹੈ ਅੱਜ ਕੱਲ੍ਹ, ਤਾਂ ਉਹਦੇ ਕਰਕੇ ਜੋ CCPCR ਦਾ ਸਭ ਤੋਂ ਪਹਿਲਾਂ ਸਾਡਾ ਫੋਰਮੋਸਟ ਸਟੈਪ ਹੁੰਦਾ ਹੈ, ਉਹ ਹੁੰਦਾ ਰਿਪੋਰਟ ਸੀਕ ਕਰਨਾ। ਅਸੀਂ ਪੁਲਿਸ ਸਟੇਸ਼ਨ ਔਰ ਕੰਸਰਨ ਨਿੱਜੀ ਸਕੂਲ ਤੋਂ ਅਸੀਂ ਹਜੇ ਰਿਪੋਰਟ ਮੰਗੀ ਹੈ, ਉਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਗਿਆ, ਉਹ ਰਿਪੋਰਟ ਲਵਾਂਗੇ। ਉਹਦੇ ਬੇਸ 'ਤੇ ਕੀ ਇਨਵੈਸਟੀਗੇਸ਼ਨ ਹੁੰਦੀ ਹੈ, ਕਿਉਂਕਿ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੈ ਕਿ ਉਹ ਆਰੋਪੀ ਗ੍ਰਿਫਤਾਰ ਤਾਂ ਕਰ ਲਿੱਤਾ ਗਿਆ, ਪਰ ਗੱਲ ਇਹ ਉੱਠਦੀ ਹੈ ਕਿ ਇਹ ਕਦ ਤੱਕ ਚੱਲਦਾ ਰਹੇਗਾ। ਹੁਣ ਮੈਂ ਤੁਹਾਡੇ ਸਾਹਮਣੇ ਅਗਰ ਰੱਖਾਂ, ਹੁਣੀ ਕੱਲ ਹੀ ਇੱਕ ਅਸਾਮ ਦੇ ਵਿੱਚ ਹੋਇਆ, ਪਰਸੋਂ ਦੇ ਵਿੱਚ 14 ਸਾਲ ਦੀ ਇੱਕ ਬੱਚੀ ਨਾਲ ਹੋਇਆ। ਤੁਸੀਂ ਰੋਜ਼ਮਰਾ ਦੇ ਵਿੱਚ ਦੇਖੋ, ਕਦੇ ਮਹਾਰਾਸ਼ਟਰ ਦੇ ਵਿੱਚ ਮਾਈਨਰਸ ਨਾਲ ਹੋ ਰਿਹਾ। ਅਗਰ ਆਪਾਂ ਸਾਰੇ ਕਿਤੇ ਦੇਖੀਏ ਤਾਂ ਆਪਾਂ ਨੂੰ ਇਹ ਹੁਣ ਦੁਬਾਰਾ ਸਮਝਣ ਦੀ ਲੋੜ ਹੈ ਕਿ ਕੋਈ ਵੀ ਬੱਚਾ ਇੱਕ ਖਿਲੌਣਾ ਨਹੀਂ ਹੈਗਾ, ਇੱਕ ਓਬਜੈਕਟ ਨਹੀਂ ਹੈਗਾ ਜਿਹਨੂੰ ਤੁਸੀਂ ਆਪਣੇ ਹਿਸਾਬ ਨਾਲ ਯੂਜ਼ ਕਰੋ ਔਰ ਉਹਨੂੰ ਸੁੱਟ ਦਿਓ। ਤਾਂ ਕਰਕੇ ਜੋ ਸਾਡੇ ਸਮਾਜ ਦੀ ਇੱਕ ਮਾਨਸਿਕਤਾ ਹੈ, ਉਹ 'ਤੇ ਦੁਬਾਰਾ ਗੌਰ ਕਰਨ ਦੀ ਲੋੜ ਹੈ। ਔਰ ਮੇਰੀ ਸਭ ਨੂੰ ਇਹੀ ਅਪੀਲ ਹੈ ਕਿ ਇੱਕ ਵਾਰੀ ਪਲੀਜ਼ ਸੋਚ ਕੇ ਦੇਖੋ ਕਿ ਤੁਸੀਂ ਬੱਚੇ ਨਾਲ ਜਾਂ ਕਿਸੇ ਵੀ ਨਾਲ ਤੁਸੀਂ ਕੀ ਗਲਤ ਕਰ ਰਹੇ ਹੋ, ਉਹ ਔਰ ਉਹ ਕਿੱਥੇ ਤੁਹਾਨੂੰ ਕਿਸ ਅੰਜਾਮ ਤੱਕ ਲੈ ਕੇ ਜਾਏਗਾ, ਕਿਉਂਕਿ ਅਲਟੀਮੇਟਲੀ ਤਾਂ ਉਹ ਆਰੋਪੀ ਜਾਂ ਜੋ ਵੀ ਹੁੰਦਾ ਉਹਦਾ ਵੀ ਉਹਨੂੰ ਫੜਿਆ ਵੀ ਜਾਏਗਾ, ਉਹਨੂੰ ਸਜ਼ਾ ਵੀ ਮਿਲੇਗੀ, ਅੱਗੇ ਉਹਦੀ ਕੀ ਲਾਈਫ ਰਹੇਗੀ। ਮੈਮ, ਲੇਕਿਨ ਇਸ ਪੂਰੇ ਕੇਸ 'ਚ ਤੁਸੀਂ ਜੇਕਰ ਦੇਖੋ, ਇੱਕ ਸਕੂਲ ਦਾ ਬੱਸ ਡਰਾਈਵਰ, ਇੱਕ ਨਿੱਜੀ ਸਕੂਲ, ਜੇਕਰ ਫਿਰ ਰਿਸਪੋਨਸੀਬਿਲਿਟੀ ਕਿਹਦੀ ਹੈ? ਕਿਉਂਕਿ ਪੇਰੈਂਟਸ ਤਾਂ ਓਬਵੀਅਸਲੀ ਸਕੂਲ ਪ੍ਰਸ਼ਾਸਨ ਨੂੰ, ਸਕੂਲ ਪ੍ਰਸ਼ਾਸਨ ਜਿਹੜੇ ਬੱਚੇ ਜਾਂਦੇ ਆ, ਇਹ ਬਹੁਤ ਵੱਡਾ ਇੱਕ ਸੈਂਸਿਟਿਵ ਇਸ਼ੂ ਹੈ, ਉਸ ਨੂੰ ਲੈ ਕੇ ਹੁਣ ਅਵੇਅਰਨੈਸ ਦੀ ਵੀ ਲੋੜ ਹੈ, ਕਾਉਂਸਲਿੰਗ ਦੀ ਵੀ ਲੋੜ ਕਿਤੇ ਨਾ ਕਿਤੇ ਹੈਗੀ। ਬਿਲਕੁਲ ਜੀ, ਅਵੇਅਰਨੈਸ ਜੋ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਅਵੇਅਰਨੈਸ ਇਜ਼ ਦਾ ਕੀ ਟੂ ਐਵਰੀਥਿੰਗ। ਆਲਰੇਡੀ ਕਮਿਸ਼ਨ ਮਤਲਬ ਕਿਉਂਕਿ ਪਹਿਲਾਂ ਸਾਡਾ ਸੀਗਾ ਕਿ ਅਸੀਂ ਟੀਚਰਸ ਜਾਂ ਕਾਉਂਸਲਰਸ ਦੇ ਸੈਸ਼ਨਸ ਲਗਾਈਏ, ਬੱਚਿਆਂ ਦੇ ਤਾਂ ਕਰ ਹੀ ਰਹੇ ਸੀ, ਪਰ ਅੱਜ ਦੇ ਟਾਈਮ ਨੂੰ ਦੇਖਦੇ ਹੋਏ ਨੋਨ ਅਕੈਡਮਿਕ ਸਟਾਫ ਦੇ, ਨੋਨ ਟੀਚਿੰਗ ਸਟਾਫ ਜਿਹੜਾ ਰਹਿ ਜਾਂਦਾ, ਉਹਨਾਂ ਨੂੰ ਸੈਸ਼ਨ ਦੇਣਾ, ਉਹਨਾਂ ਨੂੰ ਆਪਣੇ ਡਿਊਟੀਜ਼, ਰਾਈਟਸ ਤਾਂ ਉਹਨਾਂ ਨੂੰ ਪਤਾ ਹੀ ਨੇ, ਪਰ ਉਹਨਾਂ ਦੇ ਡਿਊਟੀਜ਼ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਕਿਉਂਕਿ ਜਿਹੜਾ ਇੱਕ ਬੱਚਾ ਹੁੰਦਾ ਹੈ, ਕਿਉਂਕਿ ਕਈ ਵਾਰੀ ਸਾਡੇ ਸਾਹਮਣੇ ਜਦੋਂ ਅਸੀਂ ਸੈਸ਼ਨਸ ਆਲਰੇਡੀ ਅਸੀਂ ਕਾਫੀ ਸਕੂਲਸ 'ਚ ਕਰ ਚੁੱਕੇ ਹਾਂ, ਇਹ ਲੌਂਗ ਔਨ ਪ੍ਰੋਸੈਸ ਹੈ ਸਾਡਾ, ਕਈ ਵਾਰੀ ਸਾਡੇ ਕੋਲ ਇਹ ਸਵਾਲ ਆਉਂਦਾ ਹੈ ਕਿ ਮੈਮ ਅਗਰ ਬੱਚਾ ਹੀ ਗਲਤ ਹੋ, ਤਾਂ ਬਈ ਅਗਰ ਬੱਚਾ ਗਲਤ ਹੈ, ਬੱਚੇ ਦੀ ਮੈਚੋਰਿਟੀ ਔਰ ਤੁਹਾਡੀ ਮੈਚੋਰਿਟੀ 'ਚ ਫਰਕ ਹੈ, ਤੁਹਾਨੂੰ ਇਹ ਸਮਝਣਾ ਪਊਗਾ। ਅਗਰ ਕੋਈ ਬੱਚਾ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਕੰਸਰਨਡ ਅਥਾਰਟੀਜ਼ ਨੂੰ ਇਨਫੋਰਮ ਕਰੋ ਜਾਂ ਪੇਰੈਂਟਸ ਨੂੰ ਇਨਫੋਰਮ ਕਰੋ, ਇਹ ਤੋਂ ਪਹਿਲਾਂ ਕਿ ਇਹੋ ਜਿਹਾ ਕੋਈ ਹਾਦਸਾ ਨਾ ਹੋਵੇ। ਇਹਦਾ ਮਤਲਬ ਇਹ ਨਹੀਂ ਹੈ ਕਿ ਅਗਰ ਬੱਚਾ ਵੀਕ ਹੈ ਜਾਂ ਉਹਨੂੰ ਨਹੀਂ ਸਮਝ ਆ ਰਹੀ, ਉਹ ਇਮੈਚੋਰ ਬਿਹੇਵ ਕਰ ਰਿਹਾ, ਕਿ ਤੁਸੀਂ ਉਹਦਾ ਇਸਤੇਮਾਲ ਕਰੋ। ਹੁਣ ਚਾਈਲਡ ਕਮਿਸ਼ਨ ਵੱਲੋਂ ਹੋਰ ਵੀ ਜਿਹੜੇ ਸੈਸ਼ਨ ਜਾਂ ਕਾਉਂਸਲਿੰਗ ਜਿਹੜੇ ਸੈਸ਼ਨ ਨੂੰ ਬਣਾਉਗਾ? ਹਾਂਜੀ ਬਿਲਕੁਲ, ਉਹ ਸਾਡਾ ਬਹੁਤ ਕਮਿੰਗ ਵੀਕ ਦੇ ਵਿੱਚ ਰੋਸਟਰ ਬਣ ਜਾਏਗਾ। ਔਰ ਕਿਉਂਕਿ ਇੱਕ ਸੈਸ਼ਨ ਕਰਨਾ ਔਰ ਲੋਕਾਂ ਨੂੰ ਦੱਸਣਾ, ਇਹ ਤਾਂ ਸਾਡਾ ਜ਼ਿੰਮਾ ਹੈਗਾ ਹੀ ਹੈ, ਬਾਕੀ ਪ੍ਰਸ਼ਾਸਨਿਕ ਤੌਰ 'ਤੇ ਡੈਫੀਨੇਟਲੀ ਸਾਡੀਆਂ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀਆਂ ਰਹਿੰਦੀਆਂ ਨੇ, ਟਰਾਂਸਪੋਰਟ ਅਥਾਰਟੀਜ਼ ਨਾਲ ਵੀ ਸਾਡੀ ਮੀਟਿੰਗ ਹੋਈਆਂ ਨੇ, ਇਹਨੂੰ ਹੋਰ ਕਿੱਦਾਂ ਅਸੀਂ ਸਟ੍ਰਿਕਟ ਕਰ ਸਕਦੇ ਹਾਂ ਉਹ ਤੇ ਹੁਣ ਜ਼ਰੂਰ ਅਸੀਂ ਗੌਰ ਕਰਾਂਗੇ। ਬਹੁਤ ਜ਼ਰੂਰੀ ਹੈ, ਜਿੱਦਾਂ ਮੈਮ ਨੇ ਵੀ ਦੱਸਿਆ ਕਿ ਕਾਉਂਸਲਿੰਗ ਜਾਂ ਫਿਰ ਅਵੇਅਰਨੈਸ ਦੀ ਬਹੁਤ
ਕਿਤੇ ਨਾ ਕਿਤੇ ਹਜੇ ਵੀ ਘਾਟ ਹੈ, ਜਿਸ ਨੂੰ ਲੈ ਕੇ ਲਗਾਤਾਰ ਚਾਈਲਡ ਕਮਿਸ਼ਨ ਅਵੇਅਰ ਕਰਦਾ ਹੈ ਸਟੂਡੈਂਟਸ ਨੂੰ ਵੀ, ਟੀਚਰਸ ਨੂੰ ਵੀ। ਲੇਕਿਨ ਹੁਣ ਇਹ ਬਹੁਤ ਜ਼ਰੂਰਤ ਹੈ, ਜਿਹੜਾ ਨੋਨ ਟੀਚਿੰਗ ਜਿਹੜਾ ਸਟਾਫ ਹੈ, ਚਾਹੇ ਉਹ ਕਲੈਰੀਕਲ ਸਟਾਫ ਹੋਵੇ, ਚਾਹੇ ਉਹ ਨੋਨ ਟੀਚਿੰਗ ਜਿਹੜੇ ਡਰਾਈਵਰਸ ਨੇ, ਉਹਨਾਂ ਨੂੰ ਵੀ ਜਿਹੜੀ ਕਾਉਂਸਲਿੰਗ ਕਰਨ ਦੀ ਲੋੜ ਹੈ, ਅਵੇਅਰ ਕਰਨ ਦੀ ਲੋੜ ਹੈ, ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਪਿਛਲੇ ਦਿਨਾਂ 'ਚ ਆਏ ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਜਿਹੜਾ ਉਹ ਜ਼ਰੂਰ ਸਾਹਮਣੇ ਆ ਰਿਹਾ। ਚੰਡੀਗੜ੍ਹ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।